ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵੈਲਕਮ ਜੀ ਹਜਿੰਕਾ ਦੀ ਦੇ ਬੋਲ ਚੈਨਲ ਵਿੱਚ। ਹਜਿੰਕਾ ਦੀ ਦੇ ਬੋਲ ਚੈਨਲ ਵਿੱਚ ਅੱਜ ਮੈਂ ਮੁੱਦਾ ਲੈ ਕੇ ਆਈ ਹਾਂ। ਇੰਡੀਆ ਦੀਆਂ ਦੋ ਫਿਲਮਾਂ ਨੇ, ਅਮਰ ਸਿੰਘ ਚਮਕੀਲਾ ਜਿਹੜੀ ਆ ਚੁੱਕੀ ਹੈ ਅਤੇ ਸੁਪਰ ਹਿੱਟ ਰਹੀ ਹੈ, ਅਤੇ ਇੱਕ ਫਿਲਮ ਹੈ ਹੀਰਾ ਮੰਡੀ। ਹੀਰਾ ਮੰਡੀ ਵਿੱਚ ਲਾਹੌਰ ਬਿਫੋਰ ਪਾਰਟੀਸ਼ਨ ਤੋਂ ਪਹਿਲੇ ਦੀ ਹੀਰਾ ਮੰਡੀ ਦਿਖਾਈ ਗਈ ਹੈ। ਹੀਰਾ ਮੰਡੀ ਹਾਲੇ ਨਹੀਂ ਆਈ, ਉਹਨੇ ਪਹਿਲੇ ਮੇ ਨੂੰ ਆਉਣਾ ਅਤੇ ਇਨਸ਼ਾਅੱਲਾ ਮੈਂ ਜਲਦੀ ਪ੍ਰੋਗਰਾਮ ਕਰਾਂਗੀ ਚਮਕੀਲਾ ਦੇ ਬਾਰੇ, ਅਤੇ ਮੈਂ ਜਲਦੀ ਪ੍ਰੋਗਰਾਮ ਕਰਾਂਗੀ ਚਮਕੀਲਾ ਕਿਉਂ ਦੇਖਣੀ ਚਾਹੀਦੀ, ਚਮਕੀਲਾ ਕੋਲੋਂ ਸਬਕ ਕੀ ਸਿੱਖਣਾ ਚਾਹੀਦਾ, ਚਮਕੀਲਾ ਕੋਲੋਂ ਉਹਦੇ ਕਿ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਜਿਹੜੇ ਨੇ ਇਮਤਿਆਜ਼ ਅਲੀ ਸਾਹਿਬ, ਬਹੁਤ ਅੱਛੇ ਡਾਇਰੈਕਟਰ ਨੇ, ਬਹੁਤ ਅੱਛੇ ਰਾਈਟਰ ਨੇ, ਉਹਨਾਂ ਨੇ ਡਾਇਲੋਗ ਬਹੁਤ ਕਮਾਲ ਦੇ ਲਿਖੇ ਨੇ। ਉਹਨਾਂ ਦੇ ਭਾਈ ਸਜਾਦ ਅਲੀ ਸਾਹਿਬ, ਉਹਨਾਂ ਨੇ ਵੀ ਮਿਲ ਕੇ ਉਹਨਾਂ ਦੇ ਨਾਲ ਡਾਇਲੋਗ 'ਤੇ ਕੰਮ ਕੀਤਾ ਹੈ। ਸਕਰੀਨ ਪਲੇ ਬਹੁਤ ਅੱਛਾ ਸੀ, ਅਤੇ ਬਾਕੀ ਵੀ ਤੁਹਾਨੂੰ ਮੈਂ ਅਪਕਮਿੰਗ ਦਿਖਾਵਾਂਗੀ, ਕਮਿੰਗ ਸੂਨ ਹੈ ਕਿ ਚਮਕੀਲਾ ਕੇ ਬਾਰੇ ਮੇਂ ਪ੍ਰੋਗਰਾਮ, ਠੀਕ ਹੈ ਜੀ। ਚਮਕੀਲਾ ਦੇ ਬਾਰੇ 'ਚ ਪ੍ਰੋਗਰਾਮ, ਚਮਕੀਲਾ ਦੀ ਉਹਨਾਂ ਨੇ ਲਾਈਫ ਹਿਸਟਰੀ ਕਿੱਸਾ ਇਕੱਠੀ ਕੀਤੀ, ਠੀਕ ਹੈ। ਜਿਹੜਾ ਮੈਂ ਕਹਿੰਦੀ ਹੁੰਦੀ ਹਾਂ ਪਾਕਿਸਤਾਨੀ ਚੈਨਲਾਂ ਨੂੰ ਕਿ ਪਲੀਜ਼ ਮੇਰੇ ਪਿਓ ਮੇਰੇ ਅੱਬੇ ਦੀ ਲਾਈਫ ਹਿਸਟਰੀ ਸਾਡੇ ਕੋਲੋਂ ਪੁੱਛੋ, ਤੁਸੀਂ ਸੁਣੀ ਸੁਣਾਈ ਗੱਲਾਂ 'ਤੇ ਨਾ ਯਕੀਨ ਕਰੋ। ਜਾਂ ਜਿਸ ਤਰ੍ਹਾਂ ਸੁਹੇਲ ਅਹਿਮਦ ਸਾਹਿਬ ਨੇ ਕਿਹਾ ਹੈ ਕਿ ਉਹ ਬਹੁਤ ਬੁਰੀ ਹਾਲਤ ਵਿੱਚ ਸਨ, ਮੈਨੂੰ ਤਾਂ ਉਹ ਇਹਨਾਂ ਨਹੀਂ ਭੁੱਲਦਾ। ਖੈਰ, ਉਹਨਾਂ ਨੇ ਤਾਂ ਕਟੋਰੇ ਫੜਾਉਣ ਦੀ ਕਸਰ ਛੱਡ ਦਿੱਤੀ ਹੈ, ਅਤੇ ਬਹੁਤ ਜਲਦ ਆ ਰਿਹਾ ਚਮਕੀਲਾ ਦੇ ਬਾਰੇ 'ਚ ਪ੍ਰੋਗਰਾਮ ਤੁਸੀਂ, ਅਤੇ ਬਹੁਤ ਜਲਦੀ ਆ ਰਿਹਾ ਚਮਕੀ ਅਮਰ ਸਿੰਘ ਚਮਕੀਲਾ ਦੇ ਬਾਰੇ 'ਚ ਪ੍ਰੋਗਰਾਮ, ਇਹਦੇ ਫਿਲਮ ਦਾ ਰਿਵਿਊ, ਫਿਲਮ ਦੇ ਮਤਲਬ ਕਿ ਡਿਸਕਸ਼ਨ ਸਾਰੀ ਆ ਰਹੀ ਹੈ, ਠੀਕ ਹੈ। ਅਤੇ ਅਸੀਂ ਫਿਰ ਮਿਲਾਂਗੇ ਕਿਸ ਐਸੇ ਟੋਪਿਕ 'ਤੇ, ਚਮਕੀਲਾ ਦੇ ਟੋਪਿਕ 'ਤੇ। ਅਤੇ ਮੈਨੂੰ ਇਜਾਜ਼ਤ ਹੋ, ਅੱਲਾ ਹਾਫਿਜ਼। ਅਤੇ ਆਪਣਾ ਖਿਆਲ ਰੱਖਣਾ, ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਅਤੇ ਸੁਹੇਲ ਸਾਹਿਬ ਨੂੰ ਮੇਰੇ ਵੱਲੋਂ ਨੋਟਿਸ ਪਹੁੰਚ ਜਾਏਗਾ। ਅੱਲਾ ਹਾਫਿਜ਼ ਜੀ।